ਦਾਣਾ ਮੰਡੀ ਪਕਤਾ ਵਾਲਾ ਵਿਖੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਆੜਤੀਆਂ ਤੇ ਕਿਸਾਨਾਂ ਦਾ ਆਖਣਾ ਹੈ ਕਿ ਲਿਫਟਿੰਗ ਲਈ ਜਿਸ ਨੂੰ ਠੇਕਾ ਦਿੱਤਾ ਗਿਆ ਸੀ ਉਸ ਕੋਲ ਗੱਡੀਆਂ ਨਾ ਹੋਣ ਕਾਰਨ ਕਣਕ ਖਰਾਬ ਹੋ ਰਹੀ ਹੈ। ਮੰਗ ਕੀਤੀ ਗਈ ਕਿ ਮੰਡੀ 'ਚੋਂ ਸਰਕਾਰ ਕਣਕ ਦੀ ਛੇਤੀ ਲਿਫਟਿੰਗ ਕਰਵਾਏ। ਸਾਡੀਆਂ ਮੰਗਾਂ ਦੀ ਚਾਰ ਚਾਰ ਵਾਰਾਂ ਕੰਮ ਕਰੀਦਾ, ਪੰਜ ਵਾਰਾਂ ਇਹ ਮਿਹਨਤ ਦੇ ਕੇ ਖੁਸ਼ ਨਹੀਂ ਆ ਸਾਨੂੰ। ਕਣਕ ਜਿਹੜੀ ਇੱਧਰ ਕਰੋ ਕਰੀ, ਇੱਧਰ ਕਰੋ ਕਰੀ, ਸਾਨੂੰ ਉੱਥੋਂ ਕਣਕ ਵਾਪਸ ਘੱਲ ਦਿੰਦੇ ਨੇ ਠੇਕੇਦਾਰ, ਸਾਨੂੰ ਇੱਥੇ ਤੰਗ ਕਰਦੇ ਨੇ, ਕੋਈ ਸਾਡੀ ਪੁੱਛ ਗਿੱਛ ਨਹੀਂ ਕਰਦੇ। ਅਸੀਂ ਉਹਨਾਂ ਚਿਰ ਮੰਡੀ ਨਹੀਂ ਖੋਲ੍ਹਾਂਗੇ ਜਿੰਨਾ ਚਿਰ ਸਰਕਾਰ ਸਾਡਾ ਆ ਕੇ ਫੈਸਲਾ ਨਾ ਕਰੇਗੀ। ਤੁਲੇ ਪ੍ਰਧਾਨ ਵੱਲੋਂ ਮੰਡੀ ਪੂਰੀ ਬੰਦ ਰਹੇਗੀ। ਆਪ ਇਸ ਕਾਰਨ ਹੋਇਆ ਜੀ, ਜਿਹੜੀ ਆ ਆਪਣਾ ਗੌਰਮੈਂਟ ਨੇ ਮਾਲ ਖਰੀਦਿਆ ਵਾ, ਖਾਸ ਕਰਕੇ ਪਨ ਗ੍ਰੇਨ ਨੇ, ਉਹ ਮਾਲ ਜਦੋਂ ਢੋਲਾਂ 'ਚ ਜਾਂਦਾ ਵਾ ਅਤੇ ਉਹ ਜਿਹੜਾ ਮਾਲ ਆ ਉਹ ਲੈਸਟਰ ਲੋਸ ਕਰਕੇ ਅਤੇ ਉਹਨੂੰ ਵਾਪਸ ਕਰ ਦਿੰਦੇ ਆ, ਅਤੇ ਉਹਦੇ ਸੰਬੰਧ ਵਿੱਚ ਜਿਹੜੀ ਆ ਲੇਬਰ ਨੇ ਆ ਉਹਨਾਂ ਤੁਸੀਂ ਵੇਖਿਆ ਉਹਨਾਂ ਨੇ ਜਿਹੜੇ ਆ ਮਤਲਬ ਗੇਟ ਬੰਦ ਕੀਤੇ ਆ, ਪਲੱਸ ਜਿਹੜੀ ਸਾਡੀ ਲੋਡਿੰਗ ਆ ਉਹ ਬਿਲਕੁਲ ਨਹੀਂ ਹੋ ਰਹੀ। ਜਿਹੜੇ ਠੇਕੇਦਾਰ ਨੂੰ ਦਿੱਤੀ ਉਹਦੇ ਕੋਲ ਸ਼ਾਇਦ ਗੱਡੀ ਹੈ ਕਿ ਨਹੀਂ ਹੈ, ਉਹਦੇ ਵਿੱਚ ਵੀ ਨਿਰੀ ਜਿਹੜੀ ਆੜਤੀਆਂ ਦੀ ਲੁੱਟ ਹੋ ਰਹੀ ਹੈ। ਪ੍ਰਤੀ ਤੋੜੇ ਦੇ ਉਹ ਪੈਸੇ ਮੰਗਦਾ ਅਤੇ ਫਿਰ ਗੱਡੀ ਆਉਂਦੀ ਹੈ, ਅਤੇ ਗੱਡੀ ਆਉਂਦੀ ਵੀ ਆੜਤੀ ਪੈਸੇ ਵੀ ਦਿੰਦਾ, ਗੱਡੀ ਫਿਰ ਵਾਪਸ ਆ ਜਾਂਦੀ ਹੈ। ਉਹਦੇ ਰੋਸ ਦੇ ਵਿੱਚ ਜਿਹੜੀ ਆ ਲੇਬਰ ਨੇ ਵੀ ਜਿਹੜੀ ਆ ਮੰਡੀ ਬੰਦ ਕੀਤੀ। ਅਸੀਂ ਜੀ ਵੇਖੋ ਕੱਲ੍ਹ ਦੀ ਅਫਸਰਾਂ ਦੇ ਧਿਆਨ 'ਚ ਗੱਲ ਲਿਆਂਦੀ ਹੈ, ਉਹਨਾਂ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡਾ ਅੱਜ ਤੱਕ ਮਸਲਾ ਹੱਲ ਹੋ ਜੂਗਾ, ਪਰ ਸ਼ਾਮ ਤੱਕ ਵੀ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ।